ਕੱਲ ਆਪਣੇ ਹੋ ਗਏ ਸੀ 32 ਪੇਜ ਪੂਰੇ ਅੱਜ ਕਰਾਂਗੇ ਆਪਣਾ 33ਵਾਂ ਪੇਜ ਸ਼ੁਰੂ ਤੇ ਮੈਂ ਵਿਰਿੰਦਰ ਸਿੰਘ ਸਵਾਤਕਰਤਾ ਆਪ ਸਭ ਜੀ ਦਾ ਤੁਹਾਡੇ ਆਪਣੇ ਪੀਵੀ ਕੇ ਚੈਨਲ ਉੱਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਮੈਂ ਆਪਣੀ ਜਿਹੜਾ ਚੈਨਲ ਹੈ ਸਾਡਾ ਪੀਵੀ ਦਾ ਚੈਨਲ ਇਹਦੇ ਵਿੱਚ ਆ ਇੱਥੇ ਕਰਕੇ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਸੈਕਸ਼ਨ ਵਿੱਚ ਇੱਥੇ ਕਰਕੇ ਤੁਹਾਨੂੰ ਮਿਲ ਜੀਏ ਇੱਕ ਪਲੇਲਿਸਟ ਜਿਸ ਦੇ ਵਿੱਚ ਅਸੀਂ ਕੰਟੀਨਿਊ ਵੀਡੀਓ ਪਾਉਂਦੇ ਰਾਂਗੇ ਭਤਿੰਤੇ ਸਿਰਫ ਭਤਿੰਤੇ ਚੀਨਾ ਰਿਲੇਟਡ ਜਿਹੜੀ ਵੀਡੀਓ ਹੋਣਗੇ ਸਿਰਫ ਇੱਥੇ ਤੁਹਾਨੂੰ ਮਿਲਣਗੇ ਤੁਸੀਂ ਇਹ ਪਲੇਲਿਸਟ ਨੂੰ ਐਕਸੈਸ ਕਰਕੇ ਜਿੰਨੀ ਵੀ ਵੀਡੀਓ ਹੁਣ ਆਣ ਗਈਆਂ ਉਹ ਸ ਸੋ ਚਲੋ ਸ਼ੁਰੂ ਕਰਦੇ ਆਪਨੀ ਅੱਜ ਦੀ ਵੀਡੀਓ ਨੂੰ ਜਿਹੜੀ ਕਿ ਆ ਪਤੰਤੇ ਚ ਇਨ ਪੰਜਾਬੀ ਸੋ ਜੀ ਕਾਲਾਪਾ ਅਨਲੋਜੀ ਕੋ ਬਾਰੇ ਪੜਿਆ ਸੀ ਜਿਹੜਾ ਕਿ ਅਸੀਂ ਕਰੋਨੋਟਾਕੀਗ੍ਰਾਫ ਵਾਲਾ ਲੋਜਿਕ ਉਹਦੇ ਬਾਰੇ ਪੜਿਆ ਸੀ ਅੱਜ ਆਪਾਂ ਪੜਾਂਗੇ ਡਿਜੀਟਾਲੇ ਬਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਤੁਹਾਨੂੰ ਡਿਟੇਲ ਦੱਸ ਦੇਣਾ ਇਸ ਡਿਜੀਟਲ ਦੇ ਬਾਰੇ ਡਿਜੀਟਲ ਇੱਕ ਤਰ੍ਹਾਂ ਦਾ ਇਨਸਟਰੂਮੈਂਟ ਹੁੰਦਾ ਤੁਹਾਨੂੰ ਦਿਖਾ ਦੇਣਾ ਫੋਟੋ ਵਿੱਚ ਕੁਛ ਇਸ ਤਰੀਕੇ ਦਾ ਹੁੰਦਾ ਹੈ ਡਿਜੀਟਲ ਹੈ ਕਰੋਨੋ ਟਾਕੀਗ੍ਰਾਫ ਉਦੀ ਡਿਜੀਟਲ ਹੈ ਜਿਹੜਾ ਅਨਲੋਜਿਕ ਹੁੰਦਾ ਉਹਦੀ ਫੋਟੋ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਸੋ ਇਹਦੀ ਵੀ ਤੁਹਾਨੂੰ ਦਿਖਾ ਦਿੱਤੀ ਪਰ ਫਿਰ ਦੁਬਾਰਾ ਤੁਹਾਨੂੰ ਇੱਕ ਵਾਰ ਯਾਦ ਕਰਾ ਲਈ ਵਾਦੀ ਫੋਟੋ ਦਿਖਾ ਦੇਣਾ ਇੱਥੇ ਇੱਕ ਕਾਰਡ ਪੈਂਦਾ ਜਿਹੜੇ ਕਾਰਡ ਨੂੰ ਕਹਿੰਦੇ ਨੇ ਕਾਰਤਾ ਟਾਕੀਗ੍ਰਾਫਿਕਾ ਠੀਕ ਹੈ ਜੀ ਸੋ ਇਹਨੂੰ ਕਹਿੰਦੇ ਨੇ ਕਾਰਤਾ ਟਾਕੀਗ੍ਰਾਫਿਕਾ ਨੂੰ ਯਾਦ ਇਨ ਨੂੰ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ ਵੀ ਧਿਆਨ ਰੱਖਿਓ ਠੀਕ ਹੈ ਜੀ ਆ ਦੇਖੋ ਸਕੁੰਤਰੀ ਨੂੰ ਟਾਈਪਿੰਗ ਦੇ ਤੇ ਨਿਕਲਦਾ ਪਿਆ ਕਿੰਨੇ ਘੰਟੇ ਕੀ ਹਿਸਾਬ ਦਾ ਹੈ ਆਪਣਾ ਸਾਰਾ ਕੁਝ ਇਸ ਸਕੁੰਤਰੀ ਨੂੰ ਵਿੱਚ ਫੀਡ ਹੁੰਦਾ ਸੋ ਚਲੋ ਇਹ ਦੇਖ ਲੈਨੇ ਆ ਕਰਾ ਤ੍ਰਿਸਤੀਕੇ ਦਲ ਕਰੋਨੋ ਤਾਕੀ ਗਰਾਫੋ ਡਿਜੀਟਾਲੇ ਪਾਗ ਪਹਿਲਾ ਸੋ ਚਲੋ ਜੀ ਵੱਧਦੇ ਪਹਿਲੇ ਸਵਾਲ ਤੇ ਇਲ ਕਰੋਨੋ ਤਾਕੀ ਗਰਾਫੋ ਡਿਜੀਟਾਲੇ ਐ ਉਨ ਸਟ੍ਰੂਮੈਂਟੋ ਦੀ ਮਿਸੂਰਾ ਕੇ ਰੈਜਿਸਟਰਾ ਲੇ ਡਿਸਟਾਂਸ ਲੇ ਵੇਲੋਚਿਤਾ ਐ ਐ ਟੈਂਪੀ ਦੀ ਗੁਈਦਾ ਐ ਦੀ ਰੀਪੋਸੋ ਡੈਲ ਕੋਂਡੂਚੈਂਤੇ ਕਹਿੰਦਾ ਜਿਹੜਾ ਕਰੋਨੋਟੈਕੀਗ੍ਰਾਫ ਉਹ ਡਿਜੀਟਾਲੇ ਹੁੰਦਾ ਹੈ ਡਿਜੀਟਾਲੇ ਦੀ ਗੱਲ ਕਰਨੀ ਪਈ ਹੈ ਯਾਦ ਰੱਖਿਓ ਇਸ ਗੱਲ ਨੂੰ ਇਨਸਟਰੂਮੈਂਟ ਤੋਂ ਇੱਕ ਤਰ੍ਹਾਂ ਦਾ ਇਨਸਟਰੂਮੈਂਟ ਹੁੰਦਾ ਇੱਕ ਤਰ੍ਹਾਂ ਦਾ ਕਈ ਯੰਤਰ ਹੁੰਦਾ ਡਿਵਾਈਸ ਹੁੰਦਾ ਦੀ ਮਿਜ਼ੂਰਾ ਨਾਪਣ ਵਾਲਾ ਜਿਹੜਾ ਕਿ ਰਿਕਾਰਡ ਕਰਦਾ ਹੈ ਦਿਸਤਾਨਸਾਂ ਨੂੰ ਦੂਰੀ ਨੂੰ ਵੈਲੋਚਿਤਾ ਸਪੀਡ ਨੂੰ ਟੈਂਪੀ ਦੀ ਗੁਈਦਾ ਨੂੰ ਮਤਲਬ ਕਿ ਕਿੰਨਾ ਟਾਈਮ ਆਪਾਂ ਗੱਡੀ ਚਲਾਣੇ ਪਿਆ ਉਹਨੂੰ ਰਿਕਾਰਡ ਕਰਦਾ ਹੈ ਠੀਕ ਹੈ ਜੀ ਮਤਲਬ ਕਿ ਜਿੰਨਾ ਟਾਈਮ ਆਪਾਂ ਗੱਡੀ ਚਲਾਣੇ ਪਿਆ ਉਹਨੂੰ ਰਿਕਾਰਡ ਕਰਦਾ ਹੈ ਇਹਦੀ ਰਿਪੋਸੋ ਦਲ ਕੁੰਡੂਚੇਂਟੀ ਜਿਹੜਾ ਰਿਪ ਸੋ ਜਿਹੜਾ ਸਵਾਲ ਕਹਿੰਦਾ ਹੈ ਕਿ ਟੈਂਪੋ ਰਜਿਸਟਰਡ ਸੂਲ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਇਨ ਯੂਟੀਸੀ ਮਤਲਬ ਕਿ ਬ੍ਰੈਕਟਾਂਚ ਲਿਖਿਆ ਹੋਇਆ ਯੂਨੀਵਰਸਲ ਟਾਈਮ ਕੋਆਰਡੀਨੇਟ ਜੋ ਐਫਾਰੀ ਫੇਰੀਮੇਨ ਤੋਂ ਅਲੋਰਾ ਦੀ ਗ੍ਰੀਨਵਿਚ ਓਕੇ ਸੋ ਇਸ ਸਵਾਲ ਚ ਕਹਿੰਦਾ ਫਿਰ ਟੈਂਪੋ ਰਜਿਸਟਰਡ ਉਹ ਜਿਹੜਾ ਟਾਈਮ ਰਿਕਾਰਡ ਕੀਤਾ ਜਾਂਦਾ ਸੂਲ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਟਾਈਮ ਰਿਕਾਰਡ ਕੀਤਾ ਜਾਏਗਾ ਉਹ ਯੂਟੀਐਸ ਫਾਰਮੈਟ ਚ ਹੋਏਗਾ ਮਤਲਬ ਕਿ ਯੂਨੀਵਰਸਲ ਟਾਈਮ ਕੋਆਰਡੀਨੇਟ ਸੋ ਹੁਣ ਇਹਦੇ ਬਾਰੇ ਤੁਹਾਨੂੰ ਥੋੜਾ ਜਿਹਾ ਡਿਟੇ ओके ਦੁਨੀਆ ਵਿੱਚ ਤੁਹਾਨੂੰ ਪਤਾ ਹੀ ਆ ਟਾਈਮ ਹਰ ਇੱਕ ਜਗ੍ਹਾ ਤੇ ਸੇਮ ਨਹੀਂ ਹੈਗਾ ਕਿਸੇ ਜੀ ਕੰਟਰੀ ਤੇ 8 ਵਜੇ ਨੇ ਕਿਸੇ ਚ 9 ਵਜੇ ਨੇ ਕਿਸੇ 10 ਵਜੇ ਨੇ ਸੋ ਉਹਨਾਂ ਸਾਰਿਆਂ ਦਾ ਜੇਕਰ ਹੁਣ ਤੁਹਾਨੂੰ ਪਤਾ ਹੀ ਹੈ ਨਾ ਉਹ ਤੋਂ ਕਰੀ ਟਰੱਕ ਜਿਹੜੇ ਨੇ ਉਹ ਕਦੀ ਕੰਟਰੀ ਆਊਟ ਕਰਦੇ ਨੇ ਕਦੀ ਇਨ ਕਰਦੇ ਨੇ ਕਿਸੇ ਕਿਸੇ ਕੰਟਰੀ ਵਿੱਚ ਉਹਨਾਂ ਨੂੰ ਜਾਣਾ ਪੈ ਸਕਦਾ ਸੋ ਇਸ ਕਰਕੇ ਉਹਨਾਂ ਜਿਹੜਾ ਟਾਈਮ ਡਿਸਪਲੇ ਹੋਏਗਾ ਉਹ ਯੂਟੀਐਸ ਫਾਰਮੈਟ ਵਿੱਚ ਸ਼ੋ ਹੋਏਗਾ ਮਤਲਬ ਕਿ ਦੁਨੀਆ ਜਿਹੜਾ ਇਕਲੋਤਾ ਟਾਈਮ ਚੱਲਦਾ ਪਿਆ ਉਹਦੇ ਹਿਸਾਬ ਨਾਲ ਸ਼ੋ ਕਰੇਗਾ ਇੱਕ ਦੋ ਘੰਟਾ ਟਾਈਮ ਅੱਗੇ ਪਿੱਛੇ ਸ਼ੋ ਹੁੰਦਾ ਰਹੇਗਾ ਠੀਕ ਹੈ ਜੀ ਸੋ ਅੱਗੇ ਕਹਿੰਦਾ ਜੋ ਮਤਲਬ ਕਿ ਇਹ ਗ੍ਰੀਨਵਿਚ ਦੇ ਟਾਈਮ ਨੂੰ ਹੀ ਦਰਸਾਉਂਦਾ ਹੈ ਗ੍ਰੀਨਵਿਚ ਦੇ ਟਾਈਮ ਬਾਰੇ ਹੀ ਦੱਸਦਾ ਹੈ ਠੀਕ ਹੈ ਜੀ ਸੋ ਬਦਦੇ ਅਗਲੇ ਸਵਾਲ ਤੇ ਕੋਨ ਇਲ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਐ ਪੋਸੀਬਿਲੇ ਮੈਮੋਰੀਜ਼ਾਰੇ ਇ ਦਾਤੀ ਰਿਲਾਟਿਵੀ ਅਲੇ ਐਕਟਿਵਿਤਾ ਦੀ 1 ਓ 2 ਕੋਂਡੂਚੇਂਟੀ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਨਾਲ ਪੋਸੀਬਲ ਹੈ ਮੁਮਕੀਨ ਹੈ ਮੈਮੋਰੀਜ਼ਾਰੇ ਮਤਲਬ ਕਿ ਮੈਮਰੀ ਵਿੱਚ ਰੱਖਣਾ ਇ ਦਾਤੀ ਰਿਲਾਟਿਵੀ ਜਿਹੜੇ ਸੰਬੰਧਿਤ ਡਾਟਾ ਹੋਏਗਾ alle attività activity ਨਾਲ ਕਿਦੀ ਇੱਕ ਜਾਂ ਦੋ ਡਰਾਈਵਰ ਦੀ ਠੀਕ ਹੈ ਜੀ ਇੱਕ ਕੱਲੇ ਡਰਾਈਵਰ ਤੇ ਫੋਕਸ ਨਹੀਂ ਕਰਦਾ ਦੋ ਡਰਾਈਵਰਾਂ ਤੇ ਵੀ ਫੋਕਸ ਕਰ ਸਕਦਾ ਠੀਕ ਹੈ ਜੀ ਸੋ 베रो ਅਗਲਾ ਸਵਾਲ è possibile stampare i dati memorizzati del cronotachigrafo digitale su scontrini करता चाहिए ਉਹਨੇ ਇਥੇ ਕਹਿੰਦਾ ਪਿਆ ਵੀ ਐ ਪੋਸੀਬਲ ਹੈ ਕਿ ਆਪਾਂ ਪ੍ਰਿੰਟ ਕਰੀਏ ਦਾਤੀ ਮੈਮਰੀਜ਼ਾਤੀ ਜਿਹੜਾ ਡਾਟਾ ਜਿਹੜਾ ਮੈਮਰੀ ਵਿੱਚ ਰੱਖਿਆ ਗਿਆ ਆਉਂਦੀ ਉਹਨੂੰ ਪ੍ਰਿੰਟ ਕਰਨਾ ਪੋਸੀਬਲ ਹੈ ਕਰੋਨੋਟਾਕੀਗਰਾਫੋ ਦੀ ਜਿਤਾਲੇ ਦਾ ਸੂਸਕੋਂਟ੍ਰੀਨੀ ਮਤਲਬ ਕਿ ਕੋਈ ਜਿਹੜੀ ਰਸੀਦ ਟਾਈਪ ਹੁੰਦੀ ਹੈ ਜੇ ਮੈਂ ਫੋਟੋ ਤਾਂ ਦਿਖਾਈ ਸੀ ਇੱਕ ਵਾਰ ਫਿਰ ਫੋਟੋ ਤਾਂ ਦਿਖਾ ਦੇਣਾ ਠੀਕ ਹੈ ਜੀ ਕੁਝ ਇਸ ਤਰੀਕੇ ਨਾਲ ਡਾਟਾ ਪ੍ਰਿੰਟ ਕੀਤਾ ਜਾ ਸਕਦਾ ਠੀਕ ਹੈ ਜੀ ਸੋ ਵੱਧਦੇ ਹਾਂ ਅੱਗੇ ਸੋ ਐਵੀ ਵੇਰਵਾ ਕਿਉਂ ਨੂੰ ਪ੍ਰਿੰਟ ਕੀਤਾ ਜਾ ਸਕਦਾ ਅਗਲਾ ਸਵਾਲ ਕੀ ਕਹਿੰਦਾ Il cronotachigrafo digitale va installato su tutti i veicoli anche su quelli che hanno già montato il cronotachigrafo analogico ਜੇਰਾ ਕਰੋਨੋਟਾਕੀਗਰਾਫੋ ਡਿਜੀਟਾਲੇ ਆ ਵਾ ਇਨਸਟਾਲਾਤੋ ਨੂੰ ਇਨਸਟਾਲ ਕੀਤਾ ਜਾਏਗਾ ਉਹਨੂੰ ਫਿਟ ਕੀਤਾ ਜਾਏਗਾ ਸੁੱਤੂਤੀ ਵੇਈਕੋਲੀ ਹਰ ਇੱਕ ਗੱਡੀ ਤੇ ਆਕੇ ਸੁਲਕਵੈਲੀ ਉਹਨਾਂ ਤੇ ਵੀ ਕਿ ਆਨੋ ਜਾ ਮੁੰਤਾ ਤੋ ਜਿਨ੍ਹਾਂ ਨੇ ਚੜਾ ਰੱਖਿਆ ਪਹਿਲਾਂ ਤੋ ਜਿਨ੍ਹਾਂ ਚ ਫਿਟ ਕੀਤਾ ਹੋਇਆ ਕਰੋਨੋ ਤਾਕੀ ਗ੍ਰਾਫ ਅਨਾਲੋਜਿਕੋ ਠੀਕ ਹੈ ਜੀ ਸੋ ਇਹ ਫਾਲਸ ਹੋਆ ਯਾ ਅਨਾਲੋਜਿਕੋ ਹੋਏਗਾ ਯਾ ਡਿਜੀਟਾਲੇ ਹੋਏਗਾ ਅਗਲਾ ਸਵਾਲ ਐ ਉਨ ਸਟਰੂਮੈਂਟੋ ਕੇ ਰਜਿਸਟਰਾ ਲੇ ਐਕਟੀਵਿਟਾ ਦੇਲ ਕੰਟੂਚੈਂਟੇ ਮਾ ਨੋਨ ਈ ਡਾਟੀ ਰਿਲੇਟਿਵੀ ਅਲ ਵੇਹੀਕਲੋ ਠੀਕ ਹੈ ਜੀ ਸੋ ਇੱਥੇ ਕਹਿੰਦਾ ਪਿਆ ਵੀ ਜਿਹੜਾ ਕਰੋਨੋ ਤਾਕੀ ਗ੍ਰਾਫ ਹੋਆ ਉਹ ਡਰਾਈਵਰ ਦੇ ਸੰਬੰਧ ਵਿੱਚ ਜਿੰਨੀ ਵੀ ਐਕਟੀਵਿਟੀ ਡਰਾਈਵਰ ਦੀ ਹੋਏਗੀ ਉਹਨੂੰ ਤੋ ਰਿਕਾਰਡ ਕਰੇਗਾ ਕਰੇਗਾ ਪਰ ਗੱਡੀ ਦੀ ਰਿਕਾਰਡ ਨਹੀਂ ਕਰੇਗਾ Okay, न, आ, ले ले ओके ਉੱਤੇ ਵਾਲਾ ਸਵਾਲ ਦੇਖ ਲੈਣਾ ਉੱਤੇ ਵਾਲਾ ਕੀ ਕਹਿੰਦਾ ਆਪਾਂ ਨੂੰ ਇੱਥੇ ਕਹਿੰਦਾ ਪਿਆ ਲੇ ਦਿਸਤਾਨਸ ਲੈਵਲ ਵੇਲੋਚਿਤਾ ਓਕੇ ਜੀ ਦਿਸਤਾਨਸਾਂ ਵੀ ਰਿਲੇਟਡ ਗੱਡੀ ਨਾਲ ਹੋ ਗਿਆ ਤੇ ਵੇਲੋਚਿਤਾ ਵੀ ਸੋ ਇਹ ਫਾਲਸ ਹੋ ਗਿਆ ਤਾਂ ਮਤਲਬ ਕਿ ਉਹ ਗੱਡੀ ਦੀ ਵੀ ਰਿਕਾਰਡ ਕਰਦਾ ਤੇ ਡਰਾਈਵਰ ਦੀ ਵੀ ਰਿਕਾਰਡ ਕਰਦਾ ਠੀਕ ਹੈ ਜੀ ਇਹ ਫਾਲਸ ਹੋ ਸੋ ਬਦਦੇ ਅਗਲੇ ਸਵਾਲ ਤੇ ਐਨਸਟਰੂਮੈਂਟੋ ਕੇ ਪੋਰ ਰੈਜਿਸਟਰਾਰੇ ਲੇ ਐਕਟਿਵਿਤਾ ਦੀ ਉਨ ਸੋਲੋ ਕੋਂਡੂਚੈਂਤੇ ਕਹਿੰਦਾ ਕਰੋਨ ਟਾਕੀਗਰਾਫੋ ਇੱਕ ਐਸਾ ਸਿਸਟਮ ਇੱਕ ਐਸਾ ਡਿਵਾਈਸ ਹੈ ਜਿਹੜਾ ਕਿ ਰੈਜਿਸਟਰ ਕਰ ਸਕਦਾ ਹੈ ਰਿਕਾਰਡ ਕਰ ਸਕਦਾ ਹੈ ਐਕਟੀਵਿਟੀ ਸਿਰਫ ਇੱਕੋ ਡਰ ਫਾਲਸੋ ਇੱਕ ਦਿਨੀ ਐ ਦੋ ਦਿਵੀ ਕਰ ਸਕਦਾ ਉੱਤੇ ਉੱਤੇ ਹੁਣੇ ਹੁਣੇ ਪੜ ਕੇ ਠਹਿ ਆਪਾਂ ਸੋ ਦੋ ਦੀ ਇਹ ਜਿਹੜੀ ਮੈਮਰੀ ਵਿੱਚ ਰੱਖ ਸਕਦਾ ਆਪਣੀ ਡਿਟੇਲ ਅਗਲਾ ਸਵਾਲ ਐ ਹੌਨਸਟਰੂਮੈਂਟੋ ਕੇ ਮੈਮੋਰੀਜ਼ਾ ਡਾਟੇ ਰਿਲੇਟਿਵੀ ਅਲੀ ਉਲਤਿਮੀ 5 ਅਨਿ ਸੋ ਕਹਿੰਦਾ ਇਹਦੀ ਮੈਮਰੀ ਵਿੱਚ 5 ਸਾਲ ਤੱਕ ਲਈ ਡਾਟਾ ਸੇਵ ਰਹਿ ਸਕਦਾ ਮਤਲਬ 5 ਸਾਲ ਤੱਕ ਲਈ ਜਿਹੜਾ ਰਜਿਸਟਰ ਜਿਹੜਾ ਕੀਤਾ ਹੁੰਦਾ ਇਹਦੇ ਵਿੱਚ ਪਤਾ ਲੈਂਦਾ ਵੀ 5 ਸਾਲ ਤੱਕ ਕੀ ਕੀਤਾ ਆਖਰੀ 5 ਸਾਲਾਂ ਵਿੱਚ ਸੋ ਫਾਲਸੋ ਇਹ 5 ਸਾਲਾਂ ਲਈ ਨਹੀਂ ਹੁੰਦਾ ਇਹ ਸਿਰਫ 365 ਦਿਨਾਂ ਲਈ ਹੀ ਹੁੰਦਾ ਰਜਿਸਟਰ ਨਾ ਕਿ 5 ਸਾਲਾਂ ਲਈ ਸੋ ਆਈ ਫਾਲਸੋ ਅਗੇ ਨੋਨ ਪਰਮ ਲਾ ਸਟੈਂਪਾ ਦੇ ਡਾਟਾ ਰਿਲੇਟਿਵੀ ਆ ਲਾਟਿਵਿਟੀ ਆ ਲਾਗਰਾਟਿਵਾ ਦੇਲ ਕੰਡੂਚੈਂਟੇ ਕੰਨ ਨਾ ਨੋਨ ਪ੍ਰੇਮੇਟੇ ਇਜ਼ਾਜ਼ਤ ਨਹੀਂ ਦਿੰਦਾ ਲਾ ਸਟੈਂਪਾ ਪ੍ਰਿੰਟ ਕਰਨ ਦੀ ਇਹ ਡਾਟਾ ਰਿਲੇਟਿਵੀ ਮਤਲਬ ਜਿਹੜੇ ਜਿਹੜਾ ਵੀ ਡਾਟਾ ਹੈਗਾ ਸੰਬੰਧਿਤ ਡਾਟਾ ਹੈ ਡਰਾਈਵਰ ਨਾਲ ਜਿਹੜਾ ਡਰਾਈਵਰ ਨੇ ਕੰਮ ਕੀਤਾ ਜਿਹੜੀ ਐਕਟੀਵਿਟੀ ਆ ਉਹਦੇ ਨਾਲ ਸੰਬੰਧਿਤ ਜਿੰਨਾ ਵੀ ਡਾਟਾ ਹੈ ਉਹਨੂੰ ਪ੍ਰਿੰਟ ਨਹੀਂ ਕਰਦਾ ਆਲਸੋ ਇੰਦੇ ਵਿੱਚ ਪ੍ਰਿੰਟ ਵਿੱਚ ਇਹ ਹੀ ਲੱਗਾ ਹੁੰਦਾ ਹੈ ਸਿਰਫ ਪ੍ਰਿੰਟ ਕਰ ਸਕਦਾ ਓਕੇ ਜੀ 33ਵਾਂ ਨੰਬਰ ਕੰਪਲੀਟ ਆਪਣਾ ਅੱਗੇ ਵਧਦੇ ਹਾਂ 34ਤੇ ਸੋ ਜੀ 34ਵਾਂ ਨੰਬਰ ਪੇਜ ਆ ਆਪਣ nel cronotachigrafo digitale i dati sono memorizzati nella memoria interna per dispositivo e nella carta tachigrafo inserita ok nel kenda vi cronotachigrafo digitale vich jada data e memory vich rehanda theek hai ji so indi apni memory vi hundi hai ohde vich jada data install karke data save karke rakhda theek hai ji del dispositivo device di in alla carta tachigrafo inserita theek hai ji so kenda paye vi jada cronotachigrafo di jitalle hunda ਜਿਹੜੇ ਡਾਟਾ ਹੁੰਦਾ ਉਹ ਸੇਵ ਕਰਕੇ ਰਹਿੰਦਾ ਡਾਟਾ ਸੇਵ ਹੋ ਕੇ ਰਹਿੰਦਾ ਹੈ ਮੈਮਰੀ ਅੰਦਰਲੀ ਮੈਮਰੀ ਵਿੱਚ ਵੀ ਦੀ ਪੋਜੀਟਿਵੋ ਮਤਲਬ ਕਰੋਨੋਟਾਕੀਗਰਾਫੋ ਡਿਜੀਟਾਲੇ ਦੀ ਅੰਦਰਲੀ ਮੈਮਰੀ ਵਿੱਚ ਵੀ ਸੇਵ ਹੋ ਕੇ ਰਹਿੰਦਾ ਤੇ ਕਰਤਾ ਤਾਕੀਗ੍ਰਾਫਿਕਾ ਜਿਹੜਾ ਵਿੱਚ ਪਾਇਆ ਹੋਇਆ ਇਨਸੇਰੀਤਾ ਮਤਲਬ ਜਿਹੜਾ ਇਨਸਰਟ ਕੀਤਾ ਹੋਇਆ ਉਹਦੇ ਵਿੱਚ ਵੀ ਹੈ ਡਾਟਾ ਸੇਵ ਰਹਿੰਦਾ ਠੀਕ ਹੈ ਜੀ ਸੋ ਐਵੀਵੀਰੋ Nel cronotachigrafo digitale è presente un sistema di memorizzazione elettronica in grado di memorizzare le attività lavorative del conducente relative ad almeno ਜੀ ਉਲਟੀਮੀ 365 ਜੋਨੀ ਦੀ ਕੈਲੰਡਰੀਓ ਠੀਕ ਹੈ ਜੀ ਉਹ ਯੋ ਗੱਲ ਆ ਗਈ ਫਿਰ ਤੋਂ ਜਿਹੜਾ ਮੈਂ ਪਹਿਲਾਂ ਦੱਸਤਾ ਬਈ ਤੁਹਾਨੂੰ ਵੀ ਜਿਹੜਾ ਕਰੋਨਾ ਤਾਂ ਕੀਰਾ ਫੁਦੀ ਜਿਤਾਲੇ ਹੁੰਦਾ ਉਹਦੇ ਵਿੱਚ ਮੌਜੂਦ ਹੁੰਦਾ ਸਿਸਟਮ ਆਦੀ ਮੈਮਰੀ ਜਤਸਿਓ ਨੇ ਇਲੈਕਟ੍ਰੋਨਿਕਾ ਵੀ ਜਿਹਦੇ ਵਿੱਚ ਮੈਮਰੀ ਨੂੰ ਸੇਵ ਕੀਤਾ ਜਾ ਸਕਦਾ ਡਾਟਾ ਨੂੰ ਸੇਵ ਕੀਤਾ ਜਾ ਸਕਦਾ ਇੰਗਰਾਤ ਦੀ ਮੈਮਰੀ ਜਾ ਰਹੇ ਐਸ ਹਾਲਾਤ ਵਿੱਚ ਹੈਗਾ ਜਿੰਦੇ ਚ ਜਿਹੜੀ ਐਕਟੀਵਿਟੀ ਆ ਐਕਟੀਵਿਟੀ ਲਵਰ ਐਕਟੀਵੇ ਨੇ ਜਿਹੜੇ ਉਹ ਸੇਵ ਕੀਤੇ ਜਾ ਸਕਦੇ ਨੇ ਡਰਾਈਵਰ ਦੇ ਰਿਲੇਟਿਵ ਹੈ ਡਰਾਈਵਰ ਨਾਲ ਜਿਹੜੇ ਸੰਬੰਧਤ ਹੁੰਦੇ ਨੇ ਅਲਮੇਨੋ ਕੱਟ ਤੋਂ ਕੱਟ ਲਈ ਉਲਟੀਮੀ ਆਖਿਰਲੀ 365 ਦਿਨਾਂ ਦੀ ਠੀਕ ਹੈ 365 ਦਿਨਾਂ ਲਈ ਜਿਹੜਾ ਉਹਨਾਂ ਦਾ ਡਾਟਾ ਹੈ ਉਹਨੂੰ ਸੇਵ ਕੀਤਾ ਜਾ ਸਕਦਾ ਹੈ ਐਸ ਕਰੋਨੋ ਟਾਕੀਗ੍ਰਾਫ ਵਿੱਚ 5 ਸਾਲ ਲਈ ਨਹੀਂ ਹੈਗਾ 500 ਲਾਵੇ ਤੇ ਫਾਲਸ ਹੋਆ 365 ਆਵੇ ਤੇ ਸਹੀ ਆ ਧਿਆਨ ਰੱਖਿਓ ਸੋ ਐਵੇਰੋ ਆ Il cronotachigrafo digitale è dotato di una stampante integrata ਠੀਕ ਹੈ ਜੀ ਸਟੈਂਪਾਂਤੇ ਇੰਟੀਗ੍ਰਾਤਾ ਹੁੰਦਾ ਵੀ ਉਹਦੇ ਅੰਦਰ ਹੀ ਫਿੱਟ ਹੋਇਆ ਪ੍ਰਿੰਟਰ ਸਟੈਂਪਾਂਤੇ ਤੇ ਪ੍ਰਿੰਟਰ ਠੀਕ ਹੈ ਸੋ ਕਹਿੰਦਾ ਉਹਦੇ ਅੰਦਰ ਹੀ ਪ੍ਰਿੰਟਰ ਫਿੱਟ ਕੀਤਾ ਗਿਆ ਹੁੰਦਾ ਸੋ ਐਵੇਰੋ ਆ ਪ੍ਰਿੰਟਰ ਫਿੱਟ ਕੀਤਾ ਹੁੰਦਾ ਤਾਂ ਹੀ ਉਹ ਸਕੂਨਤਰੀ ਨੂੰ ਪ੍ਰਿੰਟ ਕਰ ਲੈਂਦਾ ਠੀਕ ਹੈ ਸੋ ਐਵੇਰੋ ਹੋ ਗਿਆ ਅਗਲਾ ਸਵਾਲ ਇਲ ਕਰੋਨੋ ਟਾਕਿਗ੍ਰਾਫੋ ਡਿਜੀਟਾਲੇ ਐਮੇਤੇ ਉਨ ਸਿਗਨਾਲੇ ਅਕੁਇਸਟਿਕੋ ਕੇ ਅਵਰਤੇ ਸੇ ਇਲ ਵੇਇਕਲੋ ਵਿਏਨੇ ਉਤਿਲੀਜ਼ਾਤੋ ਸੇਂਸਾ ਕੇ ਲਾ ਕਾਰਟਾ ਟਾਕਿਗ੍ਰਾਫਿਕਾ ਦਲ ਕੋਂਡੂਚੇਂਤੇ ਸਿਏ ਆਸਟਾਤਾ ਇਨਸੇਰੀਤਾ ਸੋ ਜਿਥੇ ਕਹਿੰਦਾ ਕਰੋਨੋ ਟਾਕਿਗ੍ਰਾਫੋ ਜਲਾ ਡਿਜੀਟਾਲੇ ਐਮੇਤੇ ਓ ਕੜਦਾ ਉਨ ਸਿਨਿਆਲੇ ਅਕੁਇਸਟਿਕੋ ਮਤਲਬ ਕੇ ਸਾਉਂਡ ਬਨਾਂਦਾ ਕਿਸੇ ਵੀ ਤਰੀਕੇ ਦਾ ਛੋਟਾ ਮੋਟਾ ਆਵਾਜ਼ ਦਿੰਦਾ ਸਾਉਂਡ ਕਰਦਾ ਠੀਕ ਹੈ ਜੀ ਕੇ ਅਵਰਤੇ ਮਤਲਬ ਕੇ ਚੇਤਾਵਨੀ ਦਿੰਦਾ ਵਾਰਨਿੰਗ ਦਿੰਦਾ ਜੇਕਰ ਇਲ ਵੇਹਿਕੁਲੋ ਵਿਏਨੇ ਉਤਿਲਿਜ਼ਾਟੋ ਜੇਕਰ ਗੱਡੀ ਵਰਤੀ ਜਾਂਦੀ ਆ ਸੈਂਸ ਅਕੇਲਾ ਕਰਤਾ ਤਾਂ ਕਿ ਗ੍ਰਾਫੀਕਾ ਦਲ ਕੋਂਡੂਚੈਂਤੇ ਸਿਆ ਸਟਾਟਾ ਇਨਸੇਰੀਤਾ ਮਤਲਬ ਕਿ ਡਰਾਈਵਰ ਜੇਕਰ ਬਿਨਾ ਤਾਂ ਕਿ ਗ੍ਰਾਫੀਕਾ ਵਾਲੇ ਕਾਰਡ ਨੂੰ ਵਰਤੇ ਬਿਨਾ ਉਹਨੂੰ ਕ੍ਰੋਨੋਟਾਕੀਗ੍ਰਾਫ ਵਿੱਚ ਪਾਏ ਜੇਕਰ ਆਪਾਂ ਗੱਡੀ ਵਰਤਨੇ ਪਿਆ ਤੇ ਉਹ ਇੱਕ ਸਾਉਂਡ ਦਿੰਦਾ ਮਾੜੀ ਮੋਟੀ ਟੂਟਾਂ ਕਰਦਾ ਰਹੇਗਾ ਤੇ ਪਤਾ ਲੱਗੇਗਾ ਵੀ ਹਾਂਜੀ ਤੁਸੀਂ ਕਾਰਡ ਗੱਡੀ ਦੇ ਅੰਦਰ ਨਹੀਂ ਪਾਇਆ ਠੀਕ ਹੈ ਜੀ ਸੋ ਐਵੇਰੋਆ ਵੀ ਸਾਉਂਡ ਉਹ ਕਰਦਾ ਅਗਲਾ ਸਵਾਲ ਇਦਾਤੀ ਦੈਲਾ ਜੌਰਨਾਤਾ ਲਾਉਰਾਟਿਵਾ ਦਲ ਕੋਂਡੂਚੈਂਤੇ ਸੋਨ ਮੈਮੋਰੀਜ਼ਾ ਕਹਿੰਦਾ ਜਿਹੜਾ ਡਾਟਾ ਹੁੰਦਾ ਦੇਣ ਦਾ ਜਿਹੜਾ ਕੰਮ ਕੀਤਾ ਹੈ ਡਰਾਈਵਰ ਦੇ ਸੋ ਨੂੰ ਮੈਮਰੀ ਜਾਤੀ ਉਹਨਾਂ ਨੂੰ ਸੇਵ ਕੀਤਾ ਜਾਂਦਾ ਹੈ ਸੋ ਲੋ ਸੋ ਲੋ ਆ ਗਿਆ ਸਿਰਫ ਜਿੱਥੇ ਸੋ ਲੋ ਆ ਜਾਏ ਉੱਥੇ ਧਿਆਨ ਨੂੰ ਆਪਣੇ ਡਬਲ ਕਰ ਲੈਣਾ ਸੋ ਲੋ ਆ ਗਿਆ ਇੱਥੇ ਵੀ ਮਤਲਬ ਹੋਣ ਇਹਨਾਂ ਨੇ ਕੁਝ ਨਾ ਕੁਝ ਉੱਚਾ ਨੀਚਾ ਕੀਤਾ ਆਪਾਂ ਸੇ ਧਿਆਨ ਦੇਣਾ ਸਵਾਲ ਦੇ ਵਿੱਚ ਨੀਲਾ ਮੈਮੋਰੀਆ ਇੰਟਰਨਾ ਜਿਹੜੀ ਕਰੋਨੋਟਾਕੀਗ੍ਰਾਫੋ ਦੀ ਅੰਦਰ ਵਾਲੀ ਮੈਮਰੀ ਹੋਏਗੀ ਉਹਦੇ ਵਿੱਚ ਹੀ ਸਿਰਫ ਸੇਵ ਹੋਏਗਾ ਫਾਲਸੋ ਉੱਤੇ ਆਪਾਂ ਕੀ ਪੜਿਆ ਸੀ ਸਭ ਤੋਂ ਪਹਿਲੇ ਸਵਾਲ ਵਿੱਚ ਕਿ ਨੀਲਾ ਕਰਤਾ ਤਾਕੀ ਗ੍ਰਾਫਿਕਾ ਵਿੱਚ ਵੀ ਹੈ ਸੇਵ ਹੋਏਗਾ ਠੀਕ ਹੈ ਜੀ ਸੋ ਕਲਾ ਮੈਮਰੀ ਆ ਗਿਆ ਇੱਥੇ ਇਸ ਕਰਕੇ ਫਾਲਸੋ ਹੋ ਗਿਆ ਅੱਗੇ ਸੇਲ ਵੀਕੋ ਲੋ ਐ ਦੋਟਾਟੋ ਦੀ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਇ ਡਾਟੀ ਡੈਲਾ ਜੋਰਨਾਟਾ ਲavorativa ਡੈਲ ਕੋਂਡੂਚੈਂਤੇ ਨੋਂ ਪੋਸਸੋਨੋ ਐਸਤੇਰੇ ਸਟੈਂਪਾਤੀ ਜੇਕਰ ਗੱਡੀ ਵਿੱਚ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਲੱਗਾ ਹੋਇਆ ਡਾਟਾ ਦਿਨ ਦਾ ਜਿਹੜੇ ਦਿਨ ਵਿੱਚ ਕੰਮ ਕੀਤਾ ਉਹ ਦਿਨ ਦਾ ਡਾਟਾ ਦਲ ਕੰਡੂਚੈਂਤੇ ਡਰਾਈਵਰ ਦਾ ਨੋਨ ਪੋਸਸੋਨੋ ਐਸਰੇ ਸਤਮਪਾਰਤੀ ਉਹਨਾਂ ਨੂੰ ਪ੍ਰਿੰਟ ਨਹੀਂ ਕੀਤਾ ਜਾ ਸਕਦਾ ਫਾਲਸੋ ਉਹਨਾਂ ਨੂੰ ਪ੍ਰਿੰਟ ਕੀਤਾ ਜਾ ਸਕਦਾ ਸਕੁੰਤਰੀਨੀ ਤੁਹਾਨੂੰ ਕੱਢ ਕੇ ਵਿਖਾਈ ਸੀ ਜਿਹੜੀ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਹੋਣਾ ਹੈ ਕਿ ਵੀ ਹਾਂਜੀ ਪ੍ਰਿੰਟ ਹੋ ਸਕਦੀ ਹੈ ਸੋ ਐ ਫਾਲਸੋ ਇਹ ਦਾਤੀ ਦਲ ạtਟੀਵਿਤਾ ਲਾਉਰਾਟਿਵਾ ਦਲ ਕੰਡੂਚੈਂਤੇ ਨੋਨ ਪੋਸਸੋਨੋ ਐਸਰੇ ਟ੍ਰਾਂਸਫੇਰਿਤੀ ਸੁਨ ਆਲਟਰੋ ਡਿਪੋਜ਼ਿਟਿਵੋ ਓਕੇ ਹੁਣ ਇੱਥੇ ਗੱਲ ਨਵੀਂ ਆ ਹੁਣ ਇਸ ਸਵਾਲ ਚ ਕਹਿੰਦਾ ਪਿਆ ਵੀ ਜਿਹੜਾ ਡਾਟਾ ਹੈ ਦੇਣ ਦਾ ਜਿਹੜਾ ਕੰਮ ਕੀਤਾ ਹੈ ਡਾਟਾ ਜਿਹੜਾ ਹੈ ਨਾਨ ਪਰਸਨਲ ਇਸ ਤੇ ਟ੍ਰਾਂਸਫੇਰੀ ਕੀਤੀ ਉਹਨਾਂ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਭੇਜਿਆ ਨਹੀਂ ਜਾ ਸਕਦਾ ਸੋ ਆਲਟਰੋ ਦੀ ਪੋਜੀਟਿਵੋ ਕਿਸੇ ਹੋਰ ਡਿਵਾਈਸ ਤੇ ਨਹੀਂ ਭੇਜਿਆ ਜਾ ਸਕਦਾ ਫਾਲਸੋ ਕਿਉਂ ਕਿਉਂਕਿ ਜਿਹੜਾ ਡਾਟਾ ਹੈ ਉਹਨੂੰ ਤੁਸੀਂ ਆਪਣੇ ਮੋਬਾਈਲ ਤੇ ਵੀ ਲੈ ਸਕਦੇ ਹੋ ਠੀਕ ਹੈ ਜੀ ਸੋ ਇਸ ਤਰੀਕੇ ਦੇ ਵੀ ਹੁੰਦੇ ਨੇ ਕਰੋਨੋਟਾਕੀਗ੍ਰਾਫੋ ਤੇ ਜਿਨ੍ਹਾਂ ਨੂੰ ਆਪਾਂ ਆਪਣੇ ਫੋਨ ਤੇ ਵੀ ਡਾਟਾ ਨੂੰ ਟ੍ਰਾਂਸਫਰ ਕਰ ਸਕਦੇ ਹਾਂ ਸੋ ਇਫ ਆਲਸੋ ਨੈਲ ਕਰੋਨੋਟਾਕੀਗ੍ਰਾਫੋ ਡਿਜੀਟਾਲੇ ਐ ਪ੍ਰੈਸੈਂਤੇ ਉਨ ਸਿਸਟੇਮਾ ਦੀ ਮੈਮੋਰੀਜ਼ਾਜ਼ਿਓਨੇ ਇਲੈਕਟ੍ਰੋਨਿਕਾ al massimo le attività lavorative del conducente relativi tebbi alli ultimi sette giorni di calendario so è eh falso coianda, chiunchi itte sirfine sette giorni li jadki sai kiha, 300 pent ten tiki ji, sara semah, sirf sette likhta sette vala, falsa, 5 vala falsa, so, eh falso wa panch saal wala falso te tenso pantvala wala so è falso cionti complete apna pantiage. sul display del crono digitale il simbolo in figura indica attività ricreative ओके ਜੀ ਆ ਸਿੰਬਲ ਦੀ ਗੱਲ ਕਰਦਾ ਪਿਆ ਸੋ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਸਿਨਿਆਲੇ ਦਾ ਮਤਲਬ ਦੱਸ ਦੇਣਾ ਸਿੰਬਲੋ ਦਾ ਮਤਲਬ ਦੱਸ ਦੇਣਾ ਕਿ ਇਹਦਾ ਮਤਲਬ ਹੁੰਦਾ ਹੈ ਓਰਾ ਠੀਕ ਹੈ ਜੀ ਟਾਈਮ ਨੂੰ ਇੰਡੀਕੇਟ ਕਰਦਾ ਨਾ ਕਿ ਆਤੀਵਿਧਾ ਰਿਕਰੀਆਟੀਵੇ ਉਸ ਤੋਂ ਬਾਅਦ ਆਤੀਵਿਧਾ ਰਿਕਰੀਆਟੀਵੇ ਕੀ ਹੁੰਦਾ ਮਤਲਬ ਕੁਝ ਵੀ ਨਜ਼ਾਰੇ ਨੂੰ ਯੂਰ ਲੈਂਣ ਵਾਲੇ ਆਪਣੇ ਕੰਮ ਕਰਨਾ ਕੋਈ ਐਕਟੀਵਿਟੀ ਕਰਨਾ ਠੀਕ ਹੈ ਜੀ ਸੋ ਉਹਨੂੰ ਕਹਿੰਦੇ ਆਤੀਵਿਧਾ ਰਿਕਰੀਆਟੀਵਾ ਸੋ ਇਹ ਫਾਲਸੋਰ ਆਤੀਵਿਧਾ ਰਿਕਰੀਆਟੀਵਾ ਨੂੰ ਨਹੀਂ ਇੰਡੀਕੇਟ ਕਰਦਾ ਇਹ ਇੰਡੀਕੇਟ ਕਰਦਾ ਟਾਈਮ ਨੂੰ ਸੋ ਇਹ ਫਾਲਸੋ ਜ਼ੂਮ ਕਰ ਲਈਏ ਸੋ ਦਿਸਪਲੇ ਦਲ ਕਰੋਨੋਟਾਕੀgrafo ਇਹ ਵਾਲਾ ਸਵਾਲ ਅਦੂਰਾ ਹੈ ਜੀ ਮੈਨੂੰ ਲੱਗਦਾ ਹੈ ਬਣਾਦੇ ਬਣਾਦੇ ਭਾਜੀ ਨੂੰ ਨੀਂਦ ਆ ਗਈ ਹੋਣੀ ਇੱਥੇ ਜਿਹੜਾ ਅੱਧਾ ਸਵਾਲ ਹੀ ਰਹਿ ਗਿਆ ਅੱਧਾ ਹੀ ਨਹੀਂ ਵਿੱਚ ਇਹਦਾ ਮਤਲਬ ਕੁਝ ਦੱਸਿਆ ਨਹੀਂ ਵੀ ਕਾਦੇ ਬਾਰੇ ਗੱਲ ਕਰਨਾ ਚਾਹੁੰਦਾ ਹੈ ਵੇਰ ਉਹ ਸਵਾਲ ਕੀਤਾ ਹੋਇਆ ਸੋ ਧਿਆਨ ਰੱਖਿਓ ਇਹਦਾ ਜੀ ਅੱਗੇ ਅਗਲੇ ਸਵਾਲ ਤੇ sul display del cronotachigrafo digitale il simbolo in figura indica la dimensione degli pneumatici tyre ਵਰਗਾ ਬਣਿਆ ਹੋਇਆ ਵਿਚਕਾਰ ਇੱਕ ਡੱਬੀ ਜੀ ਬਣਾਈ ਹੋਈ ਹੈ ਇੱਕ ਹੋਰ ਸੋ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਇਹ ਵਾਲਾ ਆਪਣਾ ਟਾਇਰਾਂ ਦਾ ਜਿਹੜਾ ਟਾਇਰ ਟਾਇਰਾਂ ਦਾ ਜਿਹੜਾ ਸਾਈਜ਼ ਹੁੰਦਾ ਡਿਮੈਂਸ਼ਨ ਹੁੰਦਾ ਉਹਦੇ ਬਾਰੇ ਦੱਸਦਾ ਡਿਮੈਂਸ਼ਨ ਸਾਈਜ਼ ਫਾਲਸੋ ਹੋ ਜਾਂਦਾ ਕਿਉਂਕਿ ਜਿਹੜਾ A ਵਾਲਾ ਨਿਸ਼ਾਨ ਹੈ ਆਪਾਂ ਨੂੰ ਕਦੇ ਵਾਰ ਦੱਸਦਾ ਪਿੱਛੇ ਆਪਾਂ ਕਰਕੇ ਹਟਿਆ ਟੈਂਪੀ ਦੀ ਗੁਇਦਾ ਬਾਰੇ ਆਪਾਂ ਨੂੰ ਦੱਸਦਾ ਠੀਕ ਹੈ ਜੀ ਸੋ ਇਹ ਵੀ ਫਾਲਸੋ ਆ ਕਿ ਡਿਮੈਂਸ਼ਨ ਬਾਰੇ ਦੱਸਦਾ ਬੱਧਿਆ ਅਗਲੇ ਸਵਾਲ ਤੇ ਸੂਲ ਡਿਸਪਲੇ ਡੈਲ ਕਰੋਨੋ ਟਾਕੀ ਗਰਾਫੋ ਡਿਜੀਟਾਲ ਐਲ ਸਿੰਬੋਲੋ ਇਨ ਫਿਗੂਰਾ ਇੰਡੀਗਾ ਟੈਂਪੋ ਦੀ ਰੀਪੋਸੋ ਸੋ ਐਵੈਰੋ ਆਜੀ ਕਿਉਂਕਿ ਟੈਂਪੋ ਦੀ ਰੀਪੋਸੋ ਬਾਰੇ ਹੀ ਆਪਾਂ ਨੂੰ ਦੱਸਦਾ ਠੀਕ ਹੈ ਜੀ ਇਹ ਨਿਸ਼ਾਨ ਬਾਰੇ sul display del cronotachigrafo digitale il simbolo in figura indica altri lavori cioè vero kyunki jada eh wala nishaan hai apan nu kade bare dasda hai altri lavori wale theek hai ji bade mote maintenance de jade kam hunde ne gaddi de ode bare apan nu dasda nishaan theek hai ji altri lavori agla same hai bas inne ki likhta officina be wala nishaan apan officina wale dasda hai falso officina wala nishaan hore eh wala nahi huga so falso ਅਗਲਾ 39 ਨੰਬਰ ਪੇਜ ਆ ਜੀ ਇੱਥੇ ਲਿਖਿਆ ਸਾਰਾ ਸੇਮ ਹੀ ਲਿਖਿਆ ਹੋਇਆ ਹੈ ਇੱਥੇ ਇਸ ਕਰਕੇ ਸ਼ੋਰਟ ਵਿੱਚ ਦੱਸਣਾ ਪਿਆ ਸੋ ਦਿਸਪਲੇ ਦੇ ਕਰਉਣ ਤੋਂ ਕੀ ਗ੍ਰਾਫ ਉਹਦੀ ਜਿਤਾ ਲਿਲ ਸਿੰਬਲੋਜੀ ਫਿਗਰ ਆਇੰਦੀ ਕਾ ਟੈਂਪੀਡੀ ਡਿਸਪੋਨੇਬਿਲਿਟੀ ਐਵਾਂ ਵਾਲਾ ਨਿਸ਼ਾਨ ਦਾ ਤੁਹਾਨੂੰ ਪ੍ਰੋਪਰ ਮੈਂ ਕਹਾਂ ਵੀ ਰੱਟਾ ਵੱਜ ਜਾਣਾ ਚਾਹੀਦਾ ਵੀ ਇਹ ਵਾਲਾ ਨਿਸ਼ਾਨ ਟੈਂਪੀ ਦੀ ਡਿਸਪੋਨੇਬਿਲਿਟੀ ਤੁਹਾਨੂੰ ਹੀ ਦੱਸਦਾ ਰੱਟਾ ਨਹੀਂ ਵੱਜਣਾ ਚਾਹੀਦਾ ਪਹਿਲੀ ਗੱਲ ਤੋਂ ਦੱਸਦਾ ਮਜ਼ਾਕ ਕਰਦਾ ਰੱਟਾ ਨਹੀਂ ਵੱਜਣਾ ਚਾਹੀਦਾ ਇਹਨੂੰ ਪ੍ਰੋਪਰ ਯਾਦ ਹੋਣਾ ਚਾਹੀਦਾ ਕਿਉਂਕਿ ਆਪਾਂ ਕਾਫੀ ਟਾਈਮ ਹੋ ਗਿਆ ਨਿਸ਼ਾਨੂ ਦੇਖੀ ਜਾਂਦੇ ਸੋ ਐ ਟੈਂਪੀ ਦੀ ਡਿਸਪੋਨਿਬਿਲਿਤਾ ਬਾਰੇ ਹੀ ਦਸਤਾਪਨ ਇੱਥੇ ਲਿਖਤਾ ਨੇ ਅਜੈਂਦਾ ਅਜੈਂਦਾ ਬਾਰੇ ਦਸਤਾ ਨਹੀਂ ਜੀ ਅਜੈਂਦਾ ਵਾਲਾ ਨਿਸ਼ਾਨ ਐ ਨਹੀਂ ਉਹ ਆਪਾਂ ਹੁਣੇ ਅੱਗੇ ਥੋੜੀ ਦੇਰ ਚ ਦੇਖਾਂਗੇ ਸੋ ਐ ਫਾਲਸਵਾ 39 ਕੰਪਲੀਟ 40 ਨੰਬਰ ਇੰਦਿਕਾ ਲੀ ਇੰਟਰੂਜ਼ਿਓਨੀ ਦੀ ਗੁਈਦਾ ਠੀਕ ਹੈ ਜੀ ਸੋ ਐ ਵੇਰੋ ਆ ਵੀ ਆਪਾਂ ਨੂੰ ਐ ਪੌਜ਼ ਵਾਲਾ ਨਿਸ਼ਾਨ ਹੈ ਠੀਕ ਹੈ ਜੀ ਦੇਖੋ ਜਿਵੇਂ ਕੋਈ ਵੀਡੀਓ ਆਪਾਂ ਚਲਾਉਂਦੇ ਹੋਣੇ ਪੌਜ਼ ਵਾਲਾ ਬਟਨ ਦਬਦੇ ਆਂ ਤੇ ਉਹ ਇਦਾਂ ਦਾ ਬਟਨ ਹੁੰਦਾ ਫੋਰੀ ਕੰਪੀਟੈਂਸਾ ਮਤਲਬ ਕਿ ਆਪਣੀ ਸ਼ਮਤਾ ਤੋਂ ਬਾਹਰ ਕਹਿੰਦਾ ਵੀ ਇਹ ਮੋਦਾਲਿਤਾ ਫੋਰੀ ਕੰਪੀਟੈਂਸਾ ਫਾਲਸੋ ਇਹ ਵਾਲੀ ਮੋਦਾਲਿਤਾ ਨਹੀਂ ਹੈਗੀ ਉਹ ਵਾਲਾ ਸਿਸਟਮ ਨਹੀਂ ਹੈਗਾ ਸੋ ਇਹ ਵੀ ਫਾਲਸੋ ਅੱਗੇ ਕਹਿੰਦਾ ਸੁਜੈਟੋ ਕੰਟਰੋਲੋ ਵੀ ਇਹ ਕੰਟਰੋਲੋ ਵਾਲਾ ਕੰਟਰੋਲੋ ਵਾਲਾ ਤੇ ਕਿਸੇ ਐਂਗਲ ਤੋਂ ਨਹੀਂ ਲੱਗਦਾ ਵੀ ਕਿਉਂਕਿ ਪੋਜ਼ ਵਾਲਾ ਨਿਸ਼ਾਨ ਹੈ ਆਪਾਂ ਨੂੰ ਸਿਰਫ ਇਹ ਦੱਸਦਾ ਪਿਆ ਕਿ ਇੰਟਰਕਸ਼ਨ ਦੀ ਗੁਇਦਾ ਹੈ ਠੀਕ ਹੈ ਜਿਸ ਤੋਂ ਬਾਅਦ ਕੰਟਰੋਲੋ ਤੇ ਫੋਰੀ ਕੰਪੀਟੈਂਸਾ ਫਾਲਸੋ ਹੀ ਹੋਣਗੇ ਕਿਉਂਕਿ ਇਹ ਦੋਨੋਂ ਇਹਦੇ ਨਾਲ ਐਡਜਸਟ ਨਹੀਂ ਕਰਦੇ 40 ਨੰਬਰ ਪੇਜ ਹੋ ਗਿਆ ਪੂਰਾ ਆਪਣਾ ਬੱਧੇ ਅੱਗੇ ਸੋ ਜੀ 7ਵਾਂ ਨੰਬਰ ਪੇਜ ਆ ਇੱਥੇ ਲਿਖਿਆ ਆ ਗਿਆ ਆਊਟ ਆਊਟ ਦਾ ਪਹਿਲਾਂ ਵੀ ਵੇਖਿਆ ਹੋਇਆ ਤੇ ਇਹਦਾ ਕਹਿੰਦਾ ਵੀ ਮੋਡਾਲਿਤਾ ਆਊਟ ਆਫ ਸਕੋਪ ਬਾਰੇ ਦੱਸਦਾ ਹੈ ਇਹਦੇ ਬਾਰੇ ਕੰਨਾ ਆਪਣਾ ਨਿਸ਼ਾਨ ਦੱਸਦਾ ਹੈ ਸੋ ਵੀਰੋ ਬਾਜੀ ਮੋਡਾਲਿਤਾ ਆਊਟ ਆਫ ਸਕੋਪ ਬਾਰੇ ਹੀ ਆਪਾਂ ਦੱਸਦਾ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਫੋਰੀ ਕਾਮਪ ਬਾਰੇ ਦੱਸਦਾ ਹੈ ਅੰਗਰੇਜ਼ੀ ਵਿੱਚ ਕੀ ਲਿਖਤਾ ਹੈ ਆਊਟ ਆਫ ਸਕੋਪ ਠੀਕ ਹੈ ਜੀ ਸੋ 41 ਨੰਬਰ ਪੇਜ ਪੂਰਾ ਆਪਣਾ 42 ਨੰਬਰ ਕਰਦੇ ਹਾਂ ਸ਼ੁਰੂ ਸੋ ਜੀ ਬੱਧੇ ਅਗਲੇ ਸਵਾਲ ਤੇ ਸੂਲ ਦੇਸਪਲੇ ਦਲ ਕਰਉਣਾ ਤਾਂ ਕਿ ਗ੍ਰਾ ਤੇ ਟ੍ਰੇਨੋ ਹੋ ਗਿਆ ਵੀ ਟ੍ਰੇਨ ਵਿੱਚ ਮਤਲਬ ਕਿ ਆਪਣੀ ਗੱਡੀ ਜਿਹੜੀ ਆ ਟ੍ਰੇਨ ਯਾਤਰਾ ਦੇ ਤੋਵੇ ਸ਼ਿਪ ਹੋਣ ਦੀ ਹੈ ਠੀਕ ਹੈ ਜੀ ਉਹਨੂੰ ਟ੍ਰਾਂਸਪੋਰਟ ਕੀਤਾ ਜਾਣ ਦੇ ਉਸ ਟਾਈਮ ਮੁਦਾਰਤਾ ਮਤਲਬ ਕਿ ਇੱਕ ਤਰ੍ਹਾਂ ਦਾ ਮੋੜ ਹੈ ਉਸ ਫੀਚਰ ਦਾ ਠੀਕ ਹੈ ਜੀ ਸੋ ਹੁਣ ਆਪਾਂ ਸਿਲੈਕਟ ਕਰ ਸਕਦੇ ਹਾਂ ਸੋ ਐਵੇਰੋ ਅਕਤਿਵਤਾ ਦੀ ਗੁਈਦਾ ਫਾਲਸੋ ਅਕਤਿਵਤਾ ਦੀ ਗੁਈਦਾ ਤੇ ਹੈ ਹੀ ਨਹੀਂ ਹੈ ਜੇ ਇਹਦੇ ਸਵਾਲ ਆਲਸੋ ਹੋ ਗਿਆ ਸੋ ਹਰ ਇੱਕ ਸਿੰਬਲ ਦਾ ਆਪਣਾ ਆਪਣਾ ਮਤਲਬ ਹੈ ਆਪਣੀ ਆਪਣੀ ਉਹਨਾਂ ਦੀ ਪਛਾਣ ਹੈ ਉਹਨਾਂ ਨੂੰ ਉਸ ਤਰੀਕੇ ਨਾਲ ਹੀ ਪਛਾਣਨਾ ਪੈਣਾ ਤੇ ਉਸ ਤਰੀਕੇ ਨਾਲ ਹੀ ਉਹਨਾਂ ਨੂੰ ਯਾਦ ਰੱਖਣਾ ਪੈਣਾ ਇਹ ਗੱਲ ਦਾ ਧਿਆਨ ਰੱਖਿਓ ਸੋ ਜੀ ਆਪਣੇ ਲੈਕਚਰ ਨੂੰ ਇੱਥੇ ਖਤਮ ਕਰਦੇ ਆ ਤੇ ਹੁਣ ਗੱਲ ਕਰਦੇ ਆ ਪਿਛਲੀ ਵੀਡੀਓ ਚ ਪੁੱਛੇ ਗਏ ਸਵਾਲ ਤੇ ਨਵੇਂ ਸਵਾਲ ਦੀ ਸੋ ਜੇ ਆਸੀ ਮੇਰਾ ਪਿਛਲੀ ਵੀਡੀਓ ਚ ਪੁੱਛੇ ਗਏ ਸਵਾਲ ਜਿਹੜਾ ਕਿ ਮੈਥੂ ਲੀ ਤਾਸੀਲ ਰੈਗੁਲਮੈਂਟੋ 561 ਪ੍ਰਵੇਦੇ ਕਿ ਐਲ ਕੋਂਡੂਚੈਂਤੇ ਪੋਸਾ ਸੁਪੇਰਾਰੇ ਇ ਟੈਂਪੀ ਮੈਸਿਮੀ ਦੀ ਗੁਈਡਾ ਪ੍ਰੈਸਕ੍ਰਿਤੀ ਪਰ ਰਾਜੁੰਜੇਰ ਕਹਿੰਦਾ ਜਿਹੜਾ ਰੈਗੂਲਮੈਂਟੋ 561 ਆ ਡਰਾਈਵਰ ਉਹਨੂੰ ਪਾਰ ਕਰ ਸਕਦਾ ਜੇ ਜਿਹਦੀ ਲਿਮਟ ਆ ਉਹਨੂੰ ਪਾਰ ਕਰ ਸਕਦਾ ਇਤੇ ਐਮਪੀ ਮਾਸੀ ਵੀ ਦੀ ਗੁਈ ਦਾ ਗੱਡੀ ਚਲਾਉਣ ਦਾ ਮੈਕਸਿਮਮ ਟਾਈਮ ਹੁੰਦਾ ਉਹਨੂੰ ਪਾਰ ਕਰ ਸਕਦਾ ਪਰ ਜੁੰਜਰੇ ਪਹੁੰਚਣ ਲਈ ਅਲ ਡਿਪੋਜ਼ੀਤੋ ਦਲ ਲਿੰਪਰੇਸਾ ਪ੍ਰੋਪ੍ਰੀਟਾਰੀਆ ਦਲ ਵਹੀਕੂ ਜਿਹੜੀ ਬੰਜੜੀ ਕੰਪਨੀ ਦੀ ਗੱਡੀ ਆ ਉਹਨੂੰ ਉੱਥੇ ਤੱਕ ਪਹੁੰਚਾਉਣ ਲਈ ਆਪਣਾ ਜਿਹੜਾ ਟਾਈਮ ਹੈ ਉਹਨੂੰ ਕਰਾਸ ਕਰ ਸਕਦਾ ਉਹਨੂੰ ਪਾਰ ਕਰ ਸਕਦਾ ਫਾਲਸੋ ਇਦਾਂ ਨਹੀਂ ਕਰ ਸਕਦਾ ਡਰਾਈਵਰ ਠੀਕ ਹੈ ਜੀ ਸੋ ਹੁਣ ਗੱਲ ਕਰਦੇ ਆ ਆਪਣੇ ਅੱਜ ਦੀ ਵੀਡੀਓ ਦੇ ਸਵਾਲ ਦੀ ਸੋ ਜੀ ਇਹ ਹੈ ਮੇਰਾ ਜਵਾਬ 10 ਵਾਲੀ ٹیمਪੀ ਦੇ ਫੀਨੀਤੀ ਆਲਤਰੀ ਲਵੋਰੀ ਸੋ ਕਨਵੈਨਸ਼ਨਲਮੈਂਟੇ ਰੈਪ੍ਰੈਜ਼ੈਂਟੇਡ ਦਲ ਸਿੰਬਲ ਇਨ ਫਿਗੂਰਾ ਠੀਕ ਹੈ ਜੀ ਸੋ ਇਹਦਾ ਜਵਾਬ ਮੈਨੂੰ ਕਮੈਂਟਾਂ ਚ ਵੇਰੋ ਦਾ ਵੀ ਤੇ ਫਾਲਸੋ ਦਾ ਐਫ ਤੇ ਮਿਲਾਂਗੇ ਆਪ ਸਭ ਜੀ ਨੈਕਸਟ ਵੀਡੀਓ ਵਿੱਚ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਅੱਗੇ ਤੇ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਨੂੰ ਕਿਉਂਕਿ ਸਾਡੀ ਬਹੁਤ ਮਿਹਨਤ ਲੱਗਦੀ ਪੈਣਾ ਵੀਡੀਓ ਨੂੰ ਬਣਾਉਣ ਵਿੱਚ ਸੋ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਦੋਸਤਾਂ ਨੂੰ ਜਿਨ੍ਹਾਂ ਨੂੰ ਲੋੜ ਹੈ ਜਿਹੜਾ ਪ੍ਰੇਤਿਤ ਚੀ ਕਰਨਾ ਚਾਹ